ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਵਜ਼ੀਰ ਖਾਨ ਦੇ ਭੇਜੇ ਹੋਏ ਪਠਾਣਾ ਨੇ ਜਾਨ ਲੇਵਾ ਹਮਲਾ ਕਰ ਦਿੱਤਾ, ਖੰਜਰ ਮਾਰ ਦਿੱਤਾ ਕਲਗੀਆਂ ਵਾਲੇ ਨੂੰ। ਉਹ ਪਠਾਣ ਬੇਸ਼ਕ ਖਾਲਸੇ ਨੇ ਮਾਰ ਦਿੱਤੇ, ਪਰ ਇਸ ਗੱਲ ਦਾ ਬੰਦਾ ਬਹਾਦਰ ਦੇ ਦਿਲ ਉੱਤੇ ਬਹੁਤ ਵੱਡਾ ਮਾਰੂ ਅਸਰ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਹਜ਼ੂਰ ਦੇ ਚਰਨਾਂ ਵਿੱਚ ਬੈਠਾ ਤੜਫ ਰਿਹਾ ਸੀ, ਗਲ ਵਿੱਚ ਪੱਲਾ ਪਾ ਕੇ ਆਗਿਆ ਮੰਗਦਾ, ਸਤਿਗੁਰੂ ਮੈਨੂੰ ਪੰਜਾਬ ਨੂੰ ਤੋਰਿਆ ਜਾਏ, ਮੈਂ ਜ਼ਾਲਮਾਂ ਤੋਂ ਬਦਲੇ ਲਾਂ। ਬਹੁਤ ਵੱਡੀ ਲਿਸਟ ਉਹਨਾਂ ਜ਼ਾਲਮਾਂ ਦੀ ਮਾਧੋ ਦਾਸ ਬਰਾਦੀ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥਾਂ ਵਿੱਚ ਫੜਾ ਕੇ ਪੰਜਾਬ ਨੂੰ ਤੋਰਨ ਲੱਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿ ਰਹੇ ਨੇ, ਇਉਂ ਬੇਨਤੀ ਕੀਤੀ ਜਾ ਰਹੀ। ਬੰਦਾ ਸਿੰਘ ਸੂਰ ਮੈਨੂੰ ਜੋਸ਼ ਜਾਗਿਆ, ਦੇਣ ਲੱਗੇ ਦਸਮੇ ਪਿਤਾ ਜੀ ਆਗਿਆ, ਅੰਗ ਸੰਗ ਸਮਾਜੀ ਹਜ਼ੂਰ ਬੰਦਿਆ, ਇੰਨੇ ਵੈਰੀ ਸੋਗਣੇ ਜ਼ਰੂਰ ਬੰਦਿਆ। ਬੰਦਾ ਸਿੰਘ ਸੂਰ ਮੈਨੂੰ ਜੋਸ਼ ਜਾਗਿਆ, ਦੇਣ ਲੱਗੇ ਦਸਮੇ Okay.